ਉਸਮਾਨ ਵੀ ਨੇ ਭਰਾ ਵੀ ਨੇ ਭੈਣਾਂ ਵੀ ਬੋਲ ਚੁੱਕੀ ਹੈ ਕਿ ਆਰਡੀਨੈਂਸ ਤੇ ਵਾਰ-ਵਾਰ ਗੱਲ ਹੋ ਚੁੱਕੀ ਹੈ ਨਾ ਤੇ ਅੱਜ ਮੈਨੂੰ ਇਸ ਗੱਲ ਤੇ ਬਹੁਤ ਖੁਸ਼ੀ ਵੀ ਹੋ ਰਹੀ ਆ ਕਿ ਹੋਰ ਵੀ ਮਾਮਾ ਨੇ ਆਪਦੇ ਘਰੋਂ ਧੀਆਂ ਨੂੰ ਬਾਹਰ ਕੱਢਿਆ ਆ ਔਰ ਬਹੁਤ ਲੰਬੇ ਸਮੇਂ ਤੋਂ ਮਾਮਾ ਭੈਣਾਂ ਧੀਆਂ ਬਾਹਰ ਨਿਕਲ ਰਹੀਆਂ ਨੇ ਇਕੱਲਾ ਇਹ ਨਹੀਂ ਆ ਕਿ ਅਸੀਂ ਦੂਸਰੇ ਦੀਆਂ ਧੀਆਂ ਨੂੰ ਦੇਖ ਕੇ ਖੁਸ਼ ਹੋਈਏ ਤੇ ਆਪਾਂ ਕਹੀਏ ਕਿ ਬੱਚੀਆਂ ਆ ਰਹੀਆਂ ਨੇ ਆਪ ਦੀਆਂ ਧੀਆਂ ਨੂੰ ਆਪਦੇ ਪੁੱਤਾਂ ਨੂੰ ਜਿੱਦਾਂ ਹੁਣ ਘੁੱਗੀ ਜੀ ਆਪਦੇ ਬੇਟੇ ਨੂੰ ਲੈ ਕੇ ਆਏ ਆਪਣੇ ਵੀ ਸਾਰੇ ਲੈ ਕੇ ਆਓ ਇਹ ਇੱਕ ਇਕੱਠ ਜਿਹੜਾ ਕਿਸਾਨੀ ਸੰਘਰਸ਼ ਜਾਂ ਮਜ਼ਦੂਰੀ ਹੀ ਨਹੀਂ ਆ ਸਾਰੇ ਵਰਗ ਦੇ ਲਈ ਆ ਅਤੇ ਜਿਹੜੀਆਂ ਚੀਜ਼ਾਂ ਅਸੀਂ ਕਹਿੰਦੇ ਹਾਂ ਵੀ ਆਰਡੀਨੈਂਸ ਜਿਹੜਾ ਆ ਸਿਰਫ ਉਹ ਰੱਦ ਕਰਵਾਉਣਾ ਹੀ ਸਾਡਾ ਮਕਸਦ ਨਹੀਂ ਆ ਆਪਦਾ ਪੰਜਾਬ ਹੋਰ ਵੀ ਜਿਹੜੇ ਸਟੇਟਾਂ ਨੇ ਉਹਨਾਂ ਨੂੰ ਬਚਾਉਣਾ ਇਹ ਨਹੀਂ ਆ ਕਿ ਸਾਡੇ 'ਤੇ ਥੋਪਿਆ ਜਾਵੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦੀ ਹਾਂ ਮੈਂ ਕਿਸੇ ਵੀ ਧਰਨੇ 'ਤੇ ਜਾ ਕੇ ਆਪਦੇ ਉਸ ਮੈਟਰ ਦੀ ਗੱਲ ਨਹੀਂ ਕੀਤੀ ਸੀ ਉਸ ਮੁੱਦੇ ਦੀ ਨਹੀਂ ਕੀਤੀ ਸੀ ਮੈਂ 4 ਸਾਲ ਤੋਂ ਕੇਂਦਰ ਸਰਕਾਰ ਦਾ ਬਹੁਤ ਧੱਕਾ ਸਿਹਾ ਮੈਨੂੰ ਇੱਕ ਆਮ ਜਿਹੀ ਕੁੜੀ ਨੂੰ ਮੇਰੇ 'ਤੇ ਉਹ ਜ਼ੁਲਮ ਕੀਤੇ ਨੇ ਜੇ ਮੈਂ ਇਕੱਲੀ 200-400 ਬੰਦੇ ਦੀਆਂ ਉਹ ਗੱਲਾਂ ਸੁਣ ਕੇ ਪ੍ਰਸ਼ਾਸਨ ਦੇ ਉਹ ਤਸ਼ੱਦਦ ਝੱਲੀ ਜੋ 84 ਦੇ ਵਿੱਚ ਦੇਖੀ ਜਾਂਦੀ ਸੀ ਜੇ ਮੈਂ ਫਿਰ ਹਾਂ ਮੈਂ ਡੋਲਦੀ ਹਾਂ ਜੋ ਚੀਜ਼ਾਂ ਕਹੀਆਂ ਗਈਆਂ ਆ ਘੁੱਗੀ ਵੀਰ ਜੀ ਵੱਲੋਂ ਵੀ ਜਦੋਂ ਬੰਦਾ ਇੱਕ ਤਰ੍ਹਾਂ ਦਾ ਡਿੱਗ ਕੇ ਉੱਠਦਾ ਆ ਉਹ ਸਾਡੀ ਹਾਰ ਨਹੀਂ ਆ ਉਹ ਵੱਡੀ ਬਹੁਤ ਵੱਡੀ ਜਿੱਤ ਆ ਜਦੋਂ ਮੇਰੇ 'ਤੇ ਤਸ਼ੱਦਦ ਹੁੰਦੀ ਮੈਂ ਵੀ ਕਿਤੇ ਨਾ ਕਿਤੇ ਡੋਲਦੀ ਹਾਂ ਹਜ਼ਾਰਾਂ ਬੰਦਿਆਂ ਦੇ ਵਿੱਚ ਮੈਨੂੰ ਇਕੱਲੀ ਨੂੰ ਇਕੱਲਾ ਪੰਜਾਬ 'ਚ ਹੀ ਨਹੀਂ ਹੋਰ ਸਟੇਟਾਂ 'ਚ ਵੀ ਮੈਨੂੰ ਬਦਨਾਮ ਕੀਤਾ ਜਾਂਦਾ ਸੀ ਪਰ ਫਿਰ ਵੀ ਮੈਂ ਖੜ੍ਹੀ ਹਾਂ ਇੱਥੇ ਤਾਂ ਪੂਰਾ ਪੰਜਾਬ ਉੱਠ ਕੇ ਖੜ੍ਹਾ ਆ ਹੋਰ ਸਟੇਟਾਂ ਵੀ ਖੜ੍ਹੀਆਂ ਨੇ ਅੱਜ ਜੇ ਮੋਦੀ ਨੂੰ ਇਹ ਚੀਜ਼ ਲੱਗਦੀ ਆ ਵੀ ਭਾਈ ਉਹ ਇਹ ਆਰਡੀਨੈਂਸ ਜਿਹੜੇ ਰੱਦ ਨਹੀਂ ਕਰੂਗਾ ਸਾਡੇ ਹੱਕ ਸਾਨੂੰ ਨਹੀਂ ਦਊਗਾ ਕੱਲ੍ਹ ਨੂੰ ਸਰਕਾਰਾਂ ਹੋਰ ਵੀ ਆਉਣੀਆਂ ਨੇ ਕਿੰਨਾ ਸਮਾਂ ਇਹ ਲੋਕ ਸਾਡੇ 'ਤੇ ਰਾਜ ਕਰਦੇ ਨੇ ਜੇ ਮੁਗਲ ਵੀ ਇੱਥੋਂ ਚਲੇ ਗਏ ਨੇ ਤਾਂ ਰਹਿਣੇ ਇਹ ਵੀ ਨੇ ਪਰ ਅੱਜ ਜਿਹੜਾ ਸਾਡਾ ਪੰਜਾਬ ਆ ਛੋਟੇ ਛੋਟੇ ਬੱਚੇ ਉੱਠ ਕੇ ਖੜ੍ਹੇ ਹੋ ਗਏ ਨੇ ਉਹਨਾਂ ਦੀ ਬਹੁਤ ਵੱਡੀ ਇਹ ਹਾਰ ਆ ਹਾਰ ਸਿਰਫ ਇਹ ਨਹੀਂ ਹੁੰਦਾ ਕਿ ਕਾਗਜ਼ੀ ਤਰੀਕੇ ਨਾਲ ਕਿਤੇ ਲਿਆਂਦੀ ਜਾਵੇ ਇਹ ਬੱਚੀਆਂ ਅੱਜ ਆ ਰਹੀਆਂ ਨੇ ਇਹ ਗੱਲ ਕਰ ਰਹੀਆਂ ਨੇ ਔਰ ਘਰ ਘਰ ਇੱਦਾਂ ਦੀਆਂ ਬੱਚੀਆਂ ਪੈਦਾ ਹੋਣ ਉਹ ਆਪਾਂ ਸਿਰਫ ਇਹ ਬੱਚੀਆਂ ਨਹੀਂ ਦੇਖ ਕੇ ਕਹਿਣਾ ਆਪਦੀਆਂ ਬੱਚੀਆਂ ਨੂੰ ਵੀ ਲੈ ਕੇ ਆਉਣਾ ਕਰਨਾ ਔਰ ਇੱਕ ਚੀਜ਼ ਹੋਰ ਆ ਜੀ ਜਿਹੜੇ ਕਾਨੂੰਨ ਆਪਾਂ ਕਹਿ ਦਿੰਦੇ ਹਾਂ ਕਾਨੂੰਨ ਬਾਰੇ ਕਈ ਵਾਰੀ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਕਾਨੂੰਨ ਕੀ ਚੀਜ਼ ਆ ਸਾਡੇ 'ਤੇ ਕੋਈ ਵੀ ਲਾਗੂ ਨਹੀਂ ਕਰ ਸਕਦਾ ਕਿ ਆਹ ਧਰਨਾ ਚੱਕ ਸਕਦੇ ਨੇ ਇਹ ਲੋਕ ਜਾਂ ਸਾਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਬਿਨਾਂ ਗਲਤੀ ਤੋਂ ਸੁੱਟ ਸਕਦੇ ਨੇ ਬਹੁਤ ਵਾਰ ਸਾਡੇ 'ਤੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਜਿੱਦਾਂ ਮੈਂ ਹੀ ਹਾਂ ਇੱਕ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ 24 ਘੰਟੇ ਸੇਵਾ ਕਰਦੀ ਹਾਂ ਇਕੱਲੀ ਮੈਂ ਪੰਜਾਬ 'ਚ ਜਾਂ ਇਕੱਲੇ ਜਲੰਧਰ 'ਚ ਨਹੀਂ ਕਰਦੀ ਹੋਰ ਸਟੇਟਾਂ 'ਚ ਵੀ ਕਿਤੇ ਤਾਂ ਮੈਂ ਚਲ ਜਾਂਦੀ ਹਾਂ ਬਾਕੀ ਮੈਂ ਫੋਨ 'ਤੇ ਮੈਨੇਜ ਕਰ ਲੈਂਦੀ ਹਾਂ ਮੇਰੀ ਕੋਈ ਟੀਮ ਵਰਕ ਨਹੀਂ ਆ ਬਾਬਾ ਨਾਨਕ 'ਤੇ ਮੈਂ ਚੱਲੇ ਰਹੀਦਾ ਆ ਮੈਨੂੰ ਘਰੇ ਹੀ ਬੰਦ ਕਰਾ ਦਿੰਦਾ ਨਰਿੰਦਰ ਮੋਦੀ ਭਾਈ ਮੈਨੂੰ ਨਹੀਂ ਸਮਝ ਆਉਂਦੀ ਵੀ ਮੇਰੇ ਤੋਂ ਉਹਨੂੰ ਕੀ ਖਤਰਾ ਆ ਸਿਰਫ ਮੈਨੂੰ ਇਹ ਪਤਾ ਕਿ ਮੇਰਾ ਹੱਕ ਕੀ ਆ ਜਾਂ ਮੈਂ ਗਰਾਊਂਡ 'ਤੇ ਮੈਂ ਕੰਮ ਕਰਦੀ ਹਾਂ ਆਮ ਲੋਕਾਂ 'ਚ ਮੈਂ ਵਿਚਰਦੀ ਹਾਂ ਮੈਂ ਜਾਣੀ ਹਾਂ ਸਾਡੇ ਬਿੱਲ ਜਿਹੜੇ ਉਹ ਰੱਦ ਕਰਾਉਣਾ ਨਹੀਂ ਆ ਜਦੋਂ ਅਸੀਂ ਇੱਕ ਆਮ ਬੰਦੇ ਕੋਲ ਜ਼ਮੀਨ ਨਹੀਂ ਆ ਜਿਹੜਾ ਇੱਕ ਮਜ਼ਦੂਰ ਆ ਉਹ ਕੋਲ ਜ਼ਮੀਨ ਨਹੀਂ ਆ ਕਈਆਂ ਨੂੰ ਤਾਂ ਮਜ਼ਦੂਰੀ ਵੀ ਨਹੀਂ ਮਿਲਦੀ ਜਦੋਂ ਮੈਂ ਉਹਨਾਂ ਨੂੰ ਦੇਖਦੀ ਹਾਂ ਅਤੇ ਕਈਆਂ ਕੋਲ ਸਭ ਕੁਛ ਹੋ ਕੇ ਵੀ ਉਹ ਆਸ਼ਰਮਾਂ 'ਚ ਬੈਠੇ ਹੁੰਦੇ ਨੇ ਸੋ ਸਾਨੂੰ ਸਾਡੇ ਹੱਕ ਲੈਣੇ ਆਉਣੇ ਚਾਹੀਦੇ ਆ ਨਾ ਤਾਂ ਸਾਨੂੰ ਸਰਕਾਰਾਂ ਤੋਂ ਡਰਨਾ ਜੇ ਅਸੀਂ ਅੱਜ ਡਰ ਗਏ ਨਾ ਪ੍ਰਸ਼ਾਸਨ ਤੋਂ ਡਰੋ ਅਤੇ ਕਦੀ ਅਸੀਂ ਖੜ੍ਹੇ ਨਹੀਂ ਹੋ ਸਕਦੇ ਜਿੱਥੇ ਜਿੱਥੇ ਵੀ ਮੋਰਚੇ ਨੇ ਚਾਹੇ ਉਹ ਸ਼ੰਭੂ ਮੋਰਚਾ ਆ ਚਾਹੇ ਕੋਈ ਕਿਸਾਨੀ ਮੋਰਚਾ ਆ ਛੋਟੇ ਤੋਂ ਛੋਟਾ ਵੀ ਸਾਡਾ ਇੱਕ ਐਫਰਟ ਬਹੁਤ ਵੱਡੇ ਸਾਨੂੰ ਇੱਕ ਜਿੱਤ ਦਵਾ ਸਕਦਾ ਸਭ ਤੋਂ ਵੱਡੀ ਸਾਡੀ ਜਿੱਤ ਕੀ ਆ ਨਰਿੰਦਰ ਮੋਦੀ ਟਵਿੱਟਰ 'ਤੇ ਪੰਜਾਬੀ 'ਚ ਟਵੀਟ ਕਰਵਾਉਂਦਾ ਆ ਜਿੱਤ ਤੋਂ ਮਰਜ਼ੀ ਕਰਵਾਉਂਦਾ ਆ ਕਿੱਥੇ ਬੋਰਡਾਂ ਤੋਂ ਉਹ ਸਾਡੀ ਪੰਜਾਬੀ ਮਾਂ ਬੋਲੀ ਖਤਮ ਕਰਦੇ ਸੀ ਅਤੇ ਪੰਜਾਬ ਦੀ ਸਭ ਤੋਂ ਵੱਡੀ ਜਿੱਤ ਉਹ ਆ ਉਹ ਯਾਦ ਰੱਖਣ ਤੁਹਾਡੇ ਧੱਕੇ ਨਾਲ ਤੁਹਾਡੀਆਂ ਇਹ ਚੀਜ਼ਾਂ ਨਾਲ ਮੈਂ ਇੱਕ ਦਿਨ ਇਹ ਗੱਲ ਕਹਿਤੀ ਸੀ ਮੈਨੂੰ ਬਹੁਤ ਲੋਕ ਕਹਿੰਦੇ ਸੀ ਕੁੜੀਏ ਤੂੰ ਆਪਦੀ ਜ਼ਿੰਦਗੀ 'ਚ ਮੂਵ ਔਨ ਹੋ ਮਤਲਬ ਤੂੰ ਕੋਈ ਵਿਆਹ ਕਰਵਾ ਲਾ ਅੱਗੇ ਆਪਦੀ ਜ਼ਿੰਦਗੀ ਦਾ ਸੋਚ ਧੱਕਾ ਬਹੁਤ ਮੇਰੇ ਨਾਲ ਕੀਤਾ ਅਤੇ ਮੈਂ ਸਹਿੰਦੀ ਵੀ ਪਈ ਹਾਂ ਮੈਂ ਕੁਛ ਦਿਨ ਪਹਿਲਾਂ ਇਹ ਗੱਲ ਬੋਲਤੀ ਸੀ ਕਿ ਮੈਂ ਕਿਸਾਨੀ ਸੰਘਰਸ਼ ਮਜ਼ਦੂਰੀ ਚਾਹੇ ਪੰਜਾਬ ਚਾਹੇ ਕਿਸੇ ਵੀ ਧਰਮ ਕਿਸੇ ਨਾਲ ਵੀ ਮਿਲਣੀ ਮੇਰੀ ਕੋਈ ਜਾਤ ਪਾਤ ਨਹੀਂ ਆ ਕਿਉਂਕਿ ਮੈਂ ਸੇਵਾ ਕਰਦੀ ਹਾਂ ਮੇਰੇ ਨਾਨਾ ਮੈਂ ਸਰਦਾਰਾਂ ਦੀ ਧੀ ਹਾਂ ਮੇਰੇ ਨਾਨਾ ਕੌਰ ਜ਼ਰੂਰ ਲੱਗਦਾ ਆ ਪਰ ਮੇਰੀ ਜਾਤ ਪਾਤ ਨਹੀਂ ਆ ਮੈਂ ਜਾਤਾਂ ਪਾਤਾਂ ਨਾਲ ਨਹੀਂ ਚੱਲਦੀ ਹੁਣ ਇਨਸਾਨੀਅਤ ਬਹੁਤ ਵੱਡਾ ਧਰਮ ਆ
जे असी आप दे हक लैने आ, आप दियां इह चीज़ां लई करना आ, एक जुट जरूर सानू होना पैना आ। सरकारां गल ओही आ गई, इस्तीफे जेब च पा ले आ, इस्तीफे जेब च पा ले आ। ओए इक लोक दिखावा वोट बैंक लई, सिर्फ वोट बैंक लई। अज भी जे तुसी ना जागे, अज भी अपनी आउण वाली पीढ़ी नूं अगे ना लैके गए, जरूरी नहीं आ ओ पार्टी जिहड़ी देख के भाई इस पार्टी दे विच जिहड़ा ओ ये पार्टी ही मोरे है, ये ते चलो अकाली दल चाहे जिहड़ी मर्जी पार्टी होवे जी, बीजेपी। बहुत सारे लोगों ने उस समय वोट आप दी बेच देनी आ। आपका जमीर जागदा रखो, गोडे टेकन नालों चीज लहाना मंजूर आ। जे मैं एक कल्ली कुड़ी ने आपके गोडे नहीं टेके तो इन्ने कितों टेक लैणगे। ये केंद्र सरकार नूं पता होना चाहिए भी गोडे नहीं ये पंजाब दे टेक सकते ने। तो तुसी ये गल मेरी सारे नूं दो हाथ जोड़ के बेनती आ, जे ये सरकारां साडियां नहीं मानदियां, नहीं साडे दे अत्याचार करदियां रहिंदियां, अगे जे आप दे झंडे चक के तुरदियां ने ना भी साडे हित लई नहीं चलदियां, सिर्फ आप दी वोट बैंक लई चलदियां, भाई आजाद खड़े हो जाओ, कम से कम होर कुछ नहीं तो तुहाडियां वोटां तां उहनां दियां टुट्टणगियां ही। उहनां नूं इह तां अकल आ जाऊ भी साडी आउण वाली जिहड़ी पीढ़ी आपां उह बचाउण दे लई अगे खड़े आ। सो आप दे हक्कां लई लड़िया करो, कदी घबरायो ना। मैं एक गल जिहड़ी कही सी, मैं हर संघर्ष ना सब तो अगे हाँ, चाहे मेरे प्यो हूँ जेल जाना पवे मैं जावांगी। इदां दियां गंदियां सरकारां तो ना डरना ते ना मैं डरदी हाँ। तो बाकी भी सबनों यही बेनती करती, आप दियां धियां नूं, आप दे पुत्तां नूं, बच्चियां नूं अगे लियाओ। ये जालम सरकारां 70 सालां तो जे राज करदियां सिर्फ साडे ते, ये सानूं गुलाम बना रही। जे असी गोरियां की गुलामी नहीं झली तो झलनी हुण सरकार की भी नहीं आ। सो बहुत समा हो गया, सारे बहुत समय तो बैठे हुए सी। मैं सारे को दो हाथ जोड़ के माफ़ी मांगती हाँ, जे कुछ मेरे कोल मेरी कोई गल किसी ना चंगी लगी होवे तो मैं माफ़ी चाहनी हाँ। सो बड़े दिनों तो मैं बड़ी तशद्दुद भी झल रही हाँ, इसलिए हो सकता कुछ चीज़ा मेरे को इधर उधर भी हो गई हूँ। वाहेगुरु जी का खालसा, वाहेगुरु जी की फतह। प्राइड पंजाब टीवी सब्सक्राइब करना ना भूलना।